ਹਾਂਜੀ ਸਟਾਰ ਭਾਰਤ ਵਿੱਚ ਚੋਣ ਬੁਖਾਰ ਪੂਰੀ ਤਰ੍ਹਾਂ ਚੜ ਚੁੱਕਾ ਹੈ ਡੰਡੀ ਹਰ ਪਾਸੇ ਬਣਨ ਵਾਲੀ ਨਵੀਂ ਸਰਕਾਰ ਸੰਬੰਧੀ ਕਿਆਸ ਅਰਾਈਆਂ ਲੱਗ ਰਹੀਆਂ ਹਨ ਡੰਡੀ ਦੂਜੇ ਪਾਸੇ ਜੰਮੂ ਕਸ਼ਮੀਰ ਵਿੱਚ ਹੋ ਰਹੀਆਂ ਚੋਣਾਂ ਨੂੰ ਮਿਲ ਰਹੇ ਮੱਠੇ ਹੰਗਾਰੇ ਦੇ ਅਨੇਕਾ ਕਾਰਨ ਹਨ ਡੰਡੀ ਪਰ ਹਾਲ ਦੇ ਘੜੀ ਪਾਕਿਸਤਾਨ ਦੀਆਂ ਸਰਹੱਤਾ ਤੋਂ ਅੱਤਵਾਦੀਆਂ ਦੇ ਕੁਸਪੈਠ ਕੁਝ ਘਟੀ ਜਾਪਦੀ ਹੈ ਡੰਡੀ ਕਸ਼ਮੀਰ ਵਿੱਚ ਫੌਜ ਵੱਲੋਂ ਬਹੁਤੇ ਅੱਤਵਾਦੀਆਂ ਦਾ ਸਫਾਇਆ ਹੋਣ ਦੇ ਦਾਅਵੇ ਵੀ ਕੀਤੇ ਗਏ ਹਨ ਡੰਡੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇਵੀ ਕਈ ਵਾਰ ਇਹ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿੱਚਕਾਰ ਗੱਲਬਾਤ ਭਾਰਤ ਵਿੱਚ ਨਵੀਂ ਸਰਕਾਰ ਦੇ ਬਣਨ ਤੇ ਹੀ ਹੋ ਸਕੇਗੀ ਟੰਡ ਕਸ਼ਮੀਰ ਦੇ ਪਲਵਾਮਾ ਵਿੱਚ ਹੋਏ ਇਸ ਸਾਲ 15 ਫਰਵਰੀ ਦੇ ਹਮਲੇ ਅਤੇ ਉਸ ਤੋਂ ਬਾਅਦ ਭਾਰਤ ਵੱਲੋਂ ਕੀਤੇ ਹਵਾਈ ਹਮਲਿਆਂ ਤੋਂ ਪਿੱਛੋ ਦੋਵਾ ਦੇਸ਼ਾਂ ਵਿੱਚ ਤਣਾਅ ਦੀ ਸਥਿਤੀ ਬਣੀ ਰਹੀ ਹੈ ਦੰਡੀ ਪਾਕਿਸਤਾਨ ਵਿੱਚ ਬੈਠੇ ਤਤਵਾਦੀ ਜੈਸ਼ ਇਹ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਕੁ ਮੰਤਰੀ ਤਤਵਾਦੀ ਐਲਾਨੇ ਜਾਣ ਦੇ ਰਾਹ ਵਿੱਚ ਚੀਨ ਨੇ ਕਈ ਵਾਰ ਰੋੜਾ اٹਕਾਇਆ ਹੈ ਡੰਡ ਇਸ ਦਾ ਕਾਰਨ ਪਿਛਲੇ ਸਮੇਂ ਵਿੱਚ ਚੀਨ ਦਾ ਪਾਕਿਸਤਾਨ ਦੇ ਵਧੇਰੇ ਨੇੜੇ ਹੋਣਾ ਹੈ ਡੰਡ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਅਮਰੀਕਾ ਨਾਲ ਪਾਕਿਸਤਾਨ ਦੇ ਸਬੰਧ ਤਣਾਅਪੂਰਨ ਬਣ ਗਏ ਅਤੇ ਉਸ ਨੇ ਪਾਕਿਸਤਾਨ ਨੂੰ ਦਿੱਤੀ ਜਾਂਦੀ ਅਰਬਾਂ ਖਰਬਾਂ ਰੁਪਏ ਦੀ ਸਹੈਤਾ ਵੀ ਰੋਕ ਦਿੱਤੀ ਹੈ ਚੀਨ ਨੇ ਪਾਕਿਸਤਾਨ ਵਿੱਚ ਗਵਾਦਰ ਨੰਬੰਰਗਾਹ ਨੂੰ ਪੂਰੀ ਤਰ੍ਹਾਂ ਨਵਿਆਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਡੰਡੀ ਪਾਕਿਸਤਾਨ ਦੀ ਮਦਦ ਲਈ ਉਸ ਨਾਲ ਆਪਣਾ ਵਪਾਰ ਵਧਾਇਆ ਹੈ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਪਿੰਗ ਦੀ ਬਣਾਈ ਵਪਾਰਕ ਪੱਧਰ ਤੇ ਦੁਨੀਆ ਭਰ ਨੂੰ ਜੋੜਨ ਵਾਲੀ ਸੜਕੀ ਯੋਜਨਾ ਦਾ ਵੀ ਪਾਕਿਸਤਾਨ ਹਮਾਇਤੀ ਰਿਹਾ ਹੈ ਦੰਡੀ ਇਸ ਯੋਜਨਾ ਅਧੀਨ ਚੀਨ ਵੱਲੋਂ ਪਾਕਿਸਤਾਨ ਦੇ ਕਬਜ਼ੇ ਵਿੱਚਲੇ ਕਸ਼ਮੀਰ ਵਿੱਚੋਂ ਸੜਕ ਗੱਡੀ ਜਾ ਰਹੀ ਹੈ ਜਿਸ ਦਾ ਭਾਰਤ ਨੇ ਹਮੇਸ਼ਾ ਵਿਰੋਧ ਜਤਾਇਆ ਹੈ ਡੰਡ ਚੀਨ ਨੇ ਤਿੰਨ ਦਰਜਨ ਦੇ ਲਗਭਗ ਦੇਸ਼ਾਂ ਨਾਲ ਇਸ ਵਪਾਰਕ ਪ੍ਰੋਜੈਕਟ ਬਾਰੇ ਸਮਝੌਤੇ ਕਰਨੇ ਸ਼ੁਰੂ ਕੀਤੇ ਹੋਏ ਹਨ ਡੰਡ ਇਸ ਸਬੰਧੀ ਦੂਸਰੀ ਮੀਟਿੰਗ ਪਿਛਲੇ ਦਿਨੀ ਚੀਨ ਵਿੱਚ ਰੱਖੀ ਗਈ ਸੀ ਡੰਡ ਭਾਰਤ ਨੇ ਪਹਿਲੀ ਮੀਟਿੰਗ ਵਗ ਦੂਸਰੀ ਮੀਟਿੰਗ ਦਾ ਵੀ ਬਾਈਕਾਟ ਕੀਤਾ ਸੀ ਡੰਡੀ ਪਰ ਇਸ ਸਭ ਕੁਝ ਦੇ باوجود ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸੋਚ ਵਿੱਚ ਕਾਫੀ ਬਦਲਾ ਆਇਆ ਜਾਪਦਾ ਹੈ ਡੰਡੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੇ ਵਰੇ April ਵਿੱਚ ਚੀਨ ਦੇ ਵੁਹਾਨ ਸਥਾਨ ਤੇ ਚੀਨੀ ਰਾਸ਼ਟਰਪਤੀ ਨਾਲ ਗੈਰ ਰਸਮੀ ਮੁਲਾਕਾਤ ਹੋਈ ਸੀ ਡੰਡੀ ਇਸ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਦੇ ਮੁਖੀਆਂ ਨੇ ਆਪਸੀ ਸਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ ਡੰਡੀ ਇਸ ਤੋਂ ਪਹਿਲਾਂ ਚੀਨ ਅਤੇ ਪੋਟਾਂ ਦੀ ਸਰਹੱਦ ਤੇ ਡੋਕਲਾ ਵਿੱਚ ਭਾਰਤ ਅਤੇ ਚੀਨ ਦੀਆਂ ਫੌਜਾਂ ਕਈ ਹਫ਼ਤਿਆਂ ਤੱਕ ਇੱਕ ਦੂਜੇ ਦੇ ਸਾਹਮਣੇ ਡਟ ਕੇ ਖੜੀਆਂ ਰਹੀਆਂ ਸਨ ਡੰਡੇ ਸਟੌਪ